ਇਹ ਮਰਨ ਵਰਤ ਜੀ ਅਸੀਂ ਅੱਜ ਤੋਂ ਸ਼ੁਰੂ ਕੀਤਾ ਤਕਰੀਬਨ ਸਾਨੂੰ 6 ਘੰਟੇ ਹੋ ਗਏ ਆ ਤੇ ਹਜੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਅਸੀਂ ਇਹ ਮਰਨ ਵਰਤ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਆਈਪੀਐਸ ਮੈਡਮ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿਵਾਉਂਦੇ। ਤੇ ਕੁੜੀਆਂ ਦੇਖ ਲਓ ਤੁਸੀਂ ਸਵੇਰ ਤੋਂ ਬੈਠੀਆਂ ਨੇ ਮਰਨ ਵਰਤ ਤੇ 6 ਘੰਟੇ ਦੇ ਉੱਤੇ ਹੋ ਗਏ ਤੇ ਇੱਕ ਕੁੜੀ ਸਾਡੀ ਰਾਤ ਦੀ ਡੇਂਗੂ ਦੇ ਕਾਰਨ ਬਿਮਾਰ ਹੋ ਗਈ। ਰੋਮਾਨ ਸਾਹਿਬ ਖੁਦ ਤਾਂ ਵਿਆਹ ਕਰਾ ਕੇ ਆਪਦਾ ਮਤਲਬ ਪਰਿਵਾਰ ਉਹਦੇ ਵਿੱਚ ਬਿਜੀ ਹੋ ਗਏ। ਮਾਨ ਸਾਹਿਬ ਅੱਗੇ ਇਹੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਮਾਨ ਸਾਹਿਬ ਸਾਨੂੰ ਨਾ ਤਰਸਾਓ। ਇਹ ਮਰਨ ਵਰਤ ਜੀ ਅਸੀਂ ਅੱਜ ਤੋਂ ਸ਼ੁਰੂ ਕੀਤਾ ਤਕਰੀਬਨ ਸਾਨੂੰ 6 ਘੰਟੇ ਹੋ ਗਏ ਆ ਤੇ ਹਜੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਅਸੀਂ ਪ੍ਰੈਸ ਨੋਟ ਪਹਿਲਾਂ ਜਾਰੀ ਕੀਤਾ ਹੋਇਆ ਤੇ ਅਸੀਂ ਲਗਾਤਾਰ ਇੱਥੇ 3 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਹਾਂ ਤੇ ਅਸੀਂ 2 ਵਾਰੀ ਪਾਣੀ ਵਾਲੀ ਟੈਂਕੀ ਤੇ ਵੀ ਚੜ ਰਹੇ ਹਾਂ ਤੇ ਉਦੋਂ ਸਾਨੂੰ ਸੀਐਮ ਸਾਹਿਬ ਦੇ ਕਹਿਣ ਤੇ ਆਈਪੀਐਸ ਮੈਮ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡਾ ਮਸਲਾ ਹੱਲ ਜ਼ਰੂਰ ਕਰਾਂਗੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਤੇ ਹੁਣ ਉਸ ਗੱਲ ਨੂੰ ਅੱਜ ਲਗਭਗ 1 ਮਹੀਨਾ ਤੇ 7 ਦਿਨ ਹੋ ਗਏ ਆ ਅੱਜ ਅਸੀਂ ਮਰਨ ਵਰਤ ਤੇ ਬੈਠੇ ਆ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਅਸੀਂ ਇਹ ਚਾਹੁੰਦੇ ਹਾਂ ਮਾਨ ਸਾਹਿਬ ਨੂੰ ਤੇ ਅਸੀਂ ਕਹਿੰਦੇ ਹਾਂਜੀ ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਪਰ ਉਹ ਮੀਟਿੰਗ ਨੂੰ ਵੀ ਲਗਭਗ 1 ਮਹੀਨਾ ਹੋ ਚੁੱਕਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਇਹ ਮਰਨ ਵਰਤ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਆਈਪੀਐਸ ਮੈਡਮ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿਵਾਉਂਦੇ। ਤੇ ਕੁੜੀਆਂ ਦੇਖ ਲਓ ਤੁਸੀਂ ਸਵੇਰ ਤੋਂ ਬੈਠੀਆਂ ਨੇ ਮਰਨ ਵਰਤ ਤੇ 6 ਘੰਟੇ ਦੇ ਉੱਤੇ ਹੋ ਗਏ ਪਰ ਹਾਲੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਸਾਡੀ ਸਾਰ ਲੈਣ ਆਇਆ ਤੇ ਇਸ ਦਾ ਧਰਨਾ ਸਾਡਾ ਐਂ ਜਾਰੀ ਰਹੂਗਾ ਜਦੋਂ ਤੱਕ ਕਿ ਆਈਪੀਐਸ ਮੈਡਮ ਖੁਦ ਇੱਥੇ ਨਹੀਂ ਆਉਂਦੇ ਤੇ ਜਾਂ ਫਿਰ ਮੁੱਖ ਮੰਤਰੀ ਸਾਹਿਬ ਖੁਦ ਆ ਕੇ ਇਹਨਾਂ ਦਾ ਵਰਤ ਜਿਹੜਾ ਨਹੀਂ ਖਲਾਉਂਦੇ ਤੇ ਇੱਕ ਕੁੜੀ ਸਾਡੀ ਰਾਤ ਦੀ ਡੇਂਗੂ ਦੇ ਕਾਰਨ ਬਿਮਾਰ ਹੋ ਗਈ ਉਹ ਭਈਆ ਇੱਥੇ ਮੱਛਰ ਬਹੁਤ ਹੈਗਾ ਤੇ ਉਹ ਕੁੜੀ ਬਿਮਾਰ ਵੀ ਉਹਨੂੰ ਸਵੇਰੇ ਮੈਡੀਸਨ ਲੈ ਕੇ ਆਇਆ ਸੀ ਤੇ ਹੁਣ ਮਾਨ ਸਾਹਿਬ ਅੱਗੇ ਇਹੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਮਾਨ ਸਾਹਿਬ ਸਾਨੂੰ ਨਾ ਤਰਸਾਓ ਨਾ ਸਾਨੂੰ ਸੜਕਾਂ ਤੇ ਪੈਣ ਨੂੰ ਮਜਬੂਰ ਕਰੋ। ਮਾਨ ਸਾਹਿਬ ਖੁਦ ਤਾਂ ਵਿਆਹ ਕਰਾ ਕੇ ਆਪਦਾ ਮਤਲਬ ਪਰਿਵਾਰ ਉਹਦੇ ਵਿੱਚ ਬਿਜੀ ਹੋ ਗਏ। ਮਾਨ ਸਾਹਿਬ ਸਾਡੇ ਕਣੀ ਦੀ ਵੀ ਦੇਖ ਲਓ ਸਰ ਇਹ ਕਿਹਾ ਸੀਗਾ ਖੁਦ ਸਾਡੀ ਮੀਟਿੰਗ ਹੋਈ ਸੀਗੀ ਮਾਨ ਸਾਹਿਬ ਨਾਲ ਦੋ ਮੁੰਡੇ ਸਾਡੇ ਗਏ ਸੀਗੇ ਗੱਡੀ ਦੇ ਵਿੱਚ 2.5 ਮਿੰਟ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਤੇ ਉਹਨਾਂ ਨੇ ਖੁਦ ਕਿਹਾ ਸੀਗਾ ਵੀ ਆਪਣੀ ਸਰਕਾਰ ਬਣਨ ਤੋਂ ਬਾਅਦ ਆਪ ਦੀ ਸਰਕਾਰ ਬਣਨ ਤੋਂ ਬਾਅਦ ਤੁਹਾਡਾ ਮਸਲਾ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਕਰ ਦਿੱਤਾ ਜਾਵੇਗਾ ਪਰ ਇਹ ਗੱਲ ਨਹੀਂ ਹੋ ਗਈਆਂ। ਹੁਣ ਸਾਨੂੰ ਲਗਭਗ ਇੱਥੇ 3 ਮਹੀਨੇ ਹੋ ਗਏ ਮਾਨ ਸਾਹਿਬ ਆਉਂਦੇ ਆ ਗੱਲਬਾਤ ਕਰਦੇ ਆ ਬਸ ਚਲੇ ਜਾਂਦੇ ਆ।